ਸਤਿ ਸ਼੍ਰੀ ਅਕਾਲ ਜੀ, ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਅਤੇ ਮੈਂ ਅਮਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਬੋਲ ਦਾ। ਵੇਲਾ ਲੋਕ ਸਭਾ ਚੋਣਾਂ ਦਾ ਹੈ ਅਤੇ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਲੋਕਾਂ ਦੀ ਆਪਣੇ ਉਮੀਦਵਾਰ ਪ੍ਰਤੀ ਕੀ ਰਾਏ ਹੈ, ਕਿਹੋ ਜਿਹਾ ਉਮੀਦਵਾਰ ਲੋਕਾਂ ਦੀ ਪਸੰਦ ਹੈ, ਕਿਹੋ ਜਿਹਾ ਉਮੀਦਵਾਰ ਲੋਕ ਚਾਹੁੰਦੇ ਨੇ, ਇਹ ਵੀ ਪੁੱਛਦੇ ਹਾਂ ਅਤੇ ਨਾਲ ਦੀ ਨਾਲ ਜਾਣਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਾਰੀ ਕੀਤੇ ਗਏ ਫਰਮਾਨ ਕਿ ਮੰਤਰੀਆਂ ਵਿਧਾਇਕਾਂ ਦੇ ਉੱਤੇ ਕਾਰਵਾਈ ਕੀਤੀ ਜਾ ਸਕਦੀ ਹੈ ਜੇਕਰ ਉਹਨਾਂ ਦਾ ਉਮੀਦਵਾਰ ਨਹੀਂ ਜਿੱਤਦਾ। ਚੱਲਦੇ ਹਾਂ ਲੋਕਾਂ ਦੀ ਕਚਹਿਰੀ ਦੇ ਵਿੱਚ ਅਤੇ ਪੁੱਛਦੇ ਹਾਂ ਦੋਨੋਂ ਸਵਾਲ ਅਤੇ ਲੋਕ ਕੀ ਸੋਚਦੇ ਨੇ ਪਤਾ ਕਰਦੇ ਹਾਂ ਕਿ ਲੋਕਾਂ ਦੀ ਇਸ ਪ੍ਰਤੀ ਕੀ ਰਾਏ ਹੈ। ਤਾਂ ਚੱਲਦੇ ਹਾਂ ਲੋਕਾਂ ਦੀ ਕਚਹਿਰੀ ਦੇ ਵਿੱਚ। ਲੋਕ ਸਭਾ ਚੋਣਾਂ ਆ ਗਈਆਂ ਨੇ ਅਤੇ ਇਹਨਾਂ ਚੋਣਾਂ ਨੂੰ ਲੈ ਕੇ ਪੰਜਾਬ ਦੀ ਆਵਾਮ ਕੀ ਸੋਚਦੀ ਹੈ, ਕਿਸ ਉਮੀਦਵਾਰ ਨੂੰ ਕੀ ਸੋਚ ਕੇ ਵੋਟ ਦੇਣੀ ਹੈ, ਉਸ ਉਮੀਦਵਾਰ ਦੇ ਵਿੱਚ ਕੀ ਕੁਆਲਿਟੀ ਹੋਣੀ ਚਾਹੀਦੀ ਹੈ, ਇਹੀ ਜਾਣਨ ਦੇ ਲਈ ਸਾਡੇ ਨਾਲ ਕੁਝ ਲੋਕ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਜਤਿੰਦਰ ਸਿੰਘ ਹੈ ਜੀ। ਅੱਛਾ ਜਤਿੰਦਰ ਜੀ, ਕਿਹੜੇ ਹਲਕੇ ਤੋਂ ਬਿਲੋਂਗ ਕਰਦੇ? ਮੈਂ ਫਿਰੋਜ਼ਪੁਰ ਤੋਂ ਬਿਲੋਂਗ ਕਰਦਾ ਜੀ। ਅੱਛਾ, ਫਿਰੋਜ਼ਪੁਰ ਦੇ ਵਿੱਚ ਤੁਸੀਂ ਆਪਣੇ ਕਿਸ ਉਮੀਦਵਾਰ ਨੂੰ ਵੋਟ ਦਿਓਗੇ ਅਤੇ ਉਸ ਉਮੀਦਵਾਰ ਦੇ ਵਿੱਚ ਕਿਹੜੀਆਂ ਕਿਹੜੀਆਂ ਕੁਆਲਿਟੀਆਂ ਦੀ ਮੰਗ ਕਰਦੇ ਹੋ, ਕੀ ਕੁਝ ਹੋਣਾ ਚਾਹੀਦਾ ਉਮੀਦਵਾਰ ਦੇ ਵਿੱਚ? ਅਸੀਂ ਉਸ ਉਮੀਦਵਾਰ ਨੂੰ ਵੋਟ ਦਿਆਂਗੇ ਜਿਹੜਾ ਲੋਕਾਂ ਦੀ ਭਲਾਈ ਕਰੇ ਜੀ, ਲੋਕਾਂ ਦੇ ਨਾਲ ਖੜੇ, ਲੋਕਾਂ ਦਾ ਹੱਕ ਸੱਚ ਦਵਾਵੇ ਲੋਕਾਂ ਨੂੰ। ਅਤੇ ਜਿੱਦਾਂ ਤੁਸੀਂ ਦੇਖਿਆ ਜੀ, ਕਾਂਗਰਸ ਸਰਕਾਰ ਰਹੀ 2 ਸਾਲ ਹੋ ਗਏ, ਝੂਠੇ ਲਾਰੇ ਲਾਏ ਕਾਂਗਰਸ ਸਰਕਾਰ ਨੇ, ਕੋਈ ਕੰਮ ਨਹੀਂ ਕੀਤਾ ਜੀ। ਅੱਜ ਤੱਕ ਆਪਾਂ ਦੇਖਦੇ ਹਾਂ ਕਾਂਗਰਸ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ, ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਅਤੇ ਝੂਠੇ ਲਾਰੇ ਹੀ ਲਾਏ। ਅੱਛਾ, ਫਿਰੋਜ਼ਪੁਰ ਤੋਂ ਆ, ਕਿਹੜੇ ਕਿਹੜੇ ਕੈਂਡੀਡੇਟ ਖੜ੍ਹੇ ਨੇ ਉੱਥੇ? ਸਾਡੇ ਜੀ ਇਸ ਟਾਈਮ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਕਿ ਅਕਾਲੀ ਦਲ ਪਾਰਟੀ ਵੱਲੋਂ ਖੜ੍ਹੇ ਆ ਜੀ, ਦੂਸਰੇ ਪਾਸੋਂ ਸਰਦਾਰ ਚੇਰ ਸਿੰਘ ਘੁਬਾਇਆ ਸਾਹਿਬ ਜੋ ਕਿ ਕਾਂਗਰਸ ਪਾਰਟੀ ਵੱਲੋਂ ਖੜ੍ਹੇ ਆ। ਅੱਛਾ, ਤੁਸੀਂ ਕਿਸ ਉਮੀਦਵਾਰ ਦੇ ਸਮਝ ਕੇ ਵੋਟ ਪਾਓਗੇ, ਉਸ ਉਮੀਦਵਾਰ ਦੇ ਵਿੱਚ ਕੁਆਲਿਟੀ ਕੀ ਹੋਣੀ ਚਾਹੀਦੀ ਹੈ, ਖਾਸੀਅਤ ਕੀ ਹੋਣੀ ਚਾਹੀਦੀ ਹੈ ਤੁਹਾਡੇ ਚੁਣੇ ਹੋਏ ਉਮੀਦਵਾਰ ਦੇ ਵਿੱਚ? ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਖਲੋਵਾਂਗੇ ਜੀ। ਉਹ ਬਹੁਤ ਹੀ ਹੋਣਹਾਰ ਅਤੇ ਧਾਕੜ ਲੀਡਰ ਹਨ, ਅਸੀਂ ਉਹਨਾਂ ਨੂੰ ਵੋਟ ਪਾਵਾਂਗੇ ਜੀ। ਅੱਛਾ ਠੀਕ ਹੈ, ਇਹ ਤੁਹਾਡੀ ਆਪਣੀ ਰਾਏ ਹੈ, ਪਰ ਇਸ ਦੇ ਨਾਲ ਹੀ ਜੇਕਰ ਮੈਂ ਗੱਲ ਕਰਾਂ ਤਾਂ ਕਾਂਗਰਸ ਪਾਰਟੀ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇੱਕ ਫਰਮਾਨ ਜਾਰੀ ਕੀਤਾ ਹੈ ਕਿ ਜਿਹੜੇ ਵਿਧਾਇਕਾਂ ਨੇ ਮੰਤਰੀਆਂ ਨੇ ਦੇ ਹਲਕੇ ਦੇ ਵਿੱਚੋਂ ਜਿਹੜਾ ਉਮੀਦਵਾਰ ਖੜ੍ਹਾ ਹੈ, ਜੇ ਉਹ ਨਾ ਜਿੱਤ ਸਕਿਆ ਤਾਂ ਉਹਦੀ ਮੰਤਰੀ ਮੰਡਲ ਦੇ ਵਿੱਚੋਂ ਜਾਂ ਵਿਧਾਇਕ ਜਾਂ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਕੀ ਸਮਝਦੇ ਹੋ ਕਿ ਜਿਹੜੇ ਉਮੀਦਵਾਰ ਹੁੰਦੇ ਨੇ ਉਹਨਾਂ ਨੂੰ ਲੋਕ ਜਿਤਾਉਂਦੇ ਨੇ ਜਾਂ ਮੰਤਰੀ ਵਿਧਾਇਕ? ਜਿਹੜੇ ਉਮੀਦਵਾਰ ਖਲੋਂਦੇ ਜੀ, ਲੋਕ ਵੋਟ ਪਾਉਂਦੇ ਆ, ਆਪਦੇ ਹੱਕ ਲਈ, ਕੰਮ ਲਈ ਵੋਟ ਪਾਉਂਦੇ ਆ, ਲੋਕ ਹੀ ਉਮੀਦਵਾਰ ਨੂੰ ਜਿਤਾਉਂਦੇ ਆ, ਨਾ ਕਿ ਵਿਧਾਇਕ। ਵਿਧਾਇਕ ਵੀ ਲੋਕ ਕੈਪਟਨ ਸਾਹਿਬ ਜਿਵੇਂ ਕਹਿ ਰਹੇ ਨੇ ਵੀ ਅਸੀਂ ਇਹਨਾਂ ਦਾ ਪੱਤਾ ਕੱਟ ਦਿਆਂਗੇ ਜਾਂ ਕਿੱਦਾਂ ਵੀ ਆ, ਨਾ ਕਿ ਕੈਪਟਨ ਸਾਹਿਬ ਨੇ, ਕੈਪਟਨ ਸਾਹਿਬ ਨੂੰ ਵੀ ਲੋਕਾਂ ਨੇ ਹੀ ਇੱਥੋਂ ਤੱਕ ਪਹੁੰਚਾਇਆ, ਸੀਐਮ ਬਣਾਇਆ। ਇਸ ਵਕਤ ਜੋ ਫਿਰੋਜ਼ਪੁਰ ਦੇ ਵਿੱਚ ਮੌਜੂਦਾ MP ਨੇ, ਕੀ ਲੱਗਦਾ ਕਿ ਉਹਨਾਂ ਨੇ ਤੁਹਾਡੇ ਹਲਕੇ ਦੇ ਵਿੱਚ ਕੰਮ ਕਰਵਾਏ ਨੇ? ਸਰ, ਸਾਡੇ ਘੁਬਾਇਆ ਸਾਹਿਬ ਨੇ, ਉਹ ਅੱਜ 10 ਸਾਲ ਪਿਛਲੀ ਸਰਕਾਰ 'ਚ ਰਹੇ ਨੇ, ਉਹ ਤਕਰੀਬਨ ਪਿੰਡਾਂ 'ਚ ਆਣ ਕੇ ਵੜੇ ਹੀ ਨਹੀਂ, ਕੰਮ ਤਾਂ ਕਰਾਉਣ ਦਾ ਦੂਰ ਦੀ ਗੱਲ ਹੈ ਜੀ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਰਣਜੀਤ ਸਿੰਘ ਜੀ। ਅੱਛਾ ਰਣਜੀਤ ਜੀ, ਕੀ ਲੱਗ ਰਿਹਾ ਕਿ ਲੋਕ ਸਭਾ ਚੋਣਾਂ ਆ ਗਈਆਂ ਨੇ, ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਦਿਵਾਉਣ ਵਾਸਤੇ ਉਮੀਦਵਾਰਾਂ ਨੂੰ ਜਿਹੜੇ ਚੋਣ ਮੈਦਾਨ ਦੇ ਵਿੱਚ ਖੜ੍ਹੇ ਨੇ, ਮੰਤਰੀ ਵਿਧਾਇਕ ਜਿਤਾਉਂਦੇ ਨੇ ਜਾਂ ਆਮ ਲੋਕ? ਆਮ ਲੋਕ ਜਿਤਾਉਂਦੇ ਆ ਜੀ, ਕਿਉਂਕਿ ਲੋਕਾਂ ਦੀਆਂ ਵੋਟਾਂ ਬਣ ਕੇ ਵਿਧਾਇਕ ਬਣਨਾ ਜੀ, ਵਿਧਾਇਕ ਨੇ ਗਾਂ ਸਰਕਾਰ ਬਣਾਉਣੀ ਆ ਜੀ। ਇਹ ਕੈਪਟਨ ਸਾਹਿਬ ਦਾ ਜੋ ਫਰਮਾਨ ਹੈ ਬਿਲਕੁਲ ਗਲਤ ਆ ਜੀ, ਕਿਉਂਕਿ ਜੋ ਜਿਤਾਉਣਾ ਲੋਕਾਂ ਨੇ ਇਹ ਤਾਂ ਇੱਕ ਤਾਨਾਸ਼ਾਹੀ ਰਵੱਈਆ ਜੀ ਕੈਪਟਨ ਸਾਹਿਬ ਦਾ ਜੀ। ਅੱਛਾ, ਤੁਸੀਂ ਵੋਟ ਦੇਣੀ ਹੈ, ਜਦੋਂ ਤੁਸੀਂ ਵੋਟ ਦੇਣ ਜਾਣਾ ਤਾਂ ਤੁਸੀਂ ਕਿਸ ਤਰ੍ਹਾਂ ਦਾ ਉਮੀਦਵਾਰ ਚਾਹੁੰਦੇ ਹੋ, ਉਸ ਉਮੀਦਵਾਰ ਦੇ ਵਿੱਚ ਕਿਸ ਤਰ੍ਹਾਂ ਦੀਆਂ ਖਾਸੀਅਤਾਂ ਹੋਣੀਆਂ ਚਾਹੀਦੀਆਂ ਨੇ? ਅਸੀਂ ਉਮੀਦਵਾਰ ਇਹ, ਉਹਨੇ ਪੜ੍ਹਿਆ ਲਿਖਿਆ ਹੋਵੇ, ਲੋਕਾਂ ਦੇ ਹੱਕ ਸੱਚ ਦੀ ਲੜਾਈ ਲੜੇ ਜੀ, ਕਿ ਲੋਕਾਂ ਨਾਲ ਆਣ ਕੇ ਖੜੇ, ਕਿਉਂਕਿ ਜਿਹੜਾ ਜਿਤਾਉਣਾ ਹੈ ਉਹ ਆਪਾਂ MP ਜਿਤਾਉਣਾ, ਕਿਉਂਕਿ ਉਹ ਆਪਾਂ ਲੋਕ ਸਭਾ 'ਚ ਭੇਜਣਾ, ਕਿਉਂਕਿ ਲੋਕਾਂ ਦੀ ਆਵਾਜ਼ ਜਿਵੇਂ ਕਿ ਅਸੀਂ ਫਿਰੋਜ਼ਪੁਰ ਤੋਂ ਬਿਲੋਂਗ ਕਰਦੇ ਹਾਂ, ਫਿਰੋਜ਼ਪੁਰ ਦੀ ਆਵਾਜ਼ ਦਿੱਲੀ ਤੱਕ ਪਹੁੰਚ ਸਕੇ, ਅਸੀਂ ਇਹੋ ਜਿਹਾ ਉਮੀਦਵਾਰ ਵੀ ਜਿਤਾ ਕੇ ਭੇਜਾਂਗੇ ਜੀ। ਅੱਛਾ, ਹੋਰ ਕੀ ਚਾਹੁੰਦੇ ਹੋ ਆਪਣੇ ਹਲਕੇ ਦੇ ਵਿਕਾਸ ਦੇ ਲਈ, ਕੀ ਮੰਗ ਕਰਦੇ ਹੋ ਕਿ ਜਿਹੜਾ ਜਿੱਤਣ ਵਾਲਾ ਉਮੀਦਵਾਰ ਹੋਵੇ ਕਿਸ ਤਰ੍ਹਾਂ ਦਾ ਰਵੱਈਆ ਹਲਕੇ ਦੇ ਰੱਖੇ? ਅਸੀਂ ਇਹਨਾਂ ਵੀ ਸਾਡੇ ਏਰੀਏ 'ਚ ਜਿਵੇਂ ਫਿਰੋਜ਼ਪੁਰ ਜ਼ਿਲ੍ਹਾ ਇੰਡਸਟਰੀ PGI ਉਹਨੂੰ ਪਹਿਲ ਦੇ ਆਧਾਰ 'ਤੇ ਕੀਤਾ, ਕਿਉਂਕਿ ਫਿਰੋਜ਼ਪੁਰ ਪਿਛਲੇ ਕਾਫੀ ਸਮੇਂ ਤੋਂ ਪੁਰਾਣਾ ਜ਼ਿਲ੍ਹਾ ਹੋਣ ਕਰਕੇ ਇੱਕ ਪਛੜਿਆ ਜ਼ਿਲ੍ਹਾ ਕਿਹਾ ਜਾਂਦਾ ਹੈ, ਅਸੀਂ ਉਸ ਜ਼ਿਲ੍ਹੇ 'ਚੋਂ ਪਛੜਾ ਸ਼ਬਦ ਹਟਾਉਣਾ ਚਾਹੁੰਦੇ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਿਤਾ ਕੇ ਜੀ। ਅੱਛਾ, ਕੀ ਸੋਚ ਕੇ ਵੋਟ ਦੇਣੀ ਹੈ ਇਸ ਵਾਰ ਤੁਸੀਂ? ਅਸੀਂ ਇਹੋ ਸੋਚ ਕੇ ਦੇਣਾ ਵੀ ਸਾਡੀ ਫਿਰੋਜ਼ਪੁਰ ਜ਼ਿਲ੍ਹੇ ਦੀ ਤਰੱਕੀ ਹੋਵੇ ਅਤੇ ਉਹ ਤਰੱਕੀ ਦੇ ਰਾਹ 'ਤੇ ਤੁਰੇ, ਕਿ ਆਉਣ ਵਾਲਾ ਸਮਾਂ ਜਿਹੜੇ ਯੂਥ ਆ, ਛੋਟੇ ਬੱਚੇ ਆ, ਉਹ ਕੁਛ ਇਸ ਚੀਜ਼ ਤੋਂ ਸਬਕ ਲੈ, ਕਿਉਂਕਿ ਜਿਹੜਾ ਫਿਰੋਜ਼ਪੁਰ ਕਾਫੀ ਪੁਰਾਣਾ ਜ਼ਿਲ੍ਹਾ ਹੋਣ ਕਰਕੇ ਉਸ ਨੂੰ ਪਛੜਿਆ ਸਮਝਿਆ ਜਾਂਦਾ, ਇਸ ਕਰਕੇ ਅਸੀਂ ਉਹ ਉਮੀਦਵਾਰ ਜਿਤਾਵਾਂਗੇ ਜੋ ਕੋ ਸਾਡੇ ਹੱਕ ਸੱਚ ਲਈ ਲੜੇ। ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕਾਂ ਦੇ ਦਿਮਾਗ ਦੇ ਵਿੱਚ ਕਿਹੜੇ ਕੈਂਡੀਡੇਟ ਨੂੰ ਲੈ ਕੇ ਕੀ ਰੁਝਾਨ ਹੈ,
ਤੇ ਕਿਹੜੇ ਕੈਂਡੀਡੇਟ ਨੂੰ ਲੋਕ ਕੀ ਸੋਚ ਕੇ ਵੋਟ ਦੇਣਗੇ? ਕੁਝ ਲੋਕ ਵੀ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਹੈ ਜੀ? ਵਿਜੇ ਕੁਮਾਰ। ਅੱਛਾ ਵਿਜੇ ਕੁਮਾਰ ਜੀ, ਕਿਹੜਾ ਹਲਕਾ ਹੈ ਤੁਹਾਡਾ ਲੋਕ ਸਭਾ ਚੋਣਾਂ ਦੇ ਲਈ? ਹਲਕ ਮੀਨਸ ਕਿੱਥੋਂ ਬਿਲੋਂਗ ਕਰਦੇ ਹੈਗੇ ਤੁਸੀਂ? ਮੈਂ ਚੰਡੀਗੜ੍ਹ ਤੋਂ। ਅੱਛਾ, ਜਦੋਂ ਵੋਟ ਦੇਣ ਜਾਣਾ ਹੈ ਤਾਂ ਕਿਹੜਾ ਕੈਂਡੀਡੇਟ ਕਿਸ ਆਧਾਰ ਦੇ ਉੱਤੇ ਵੋਟ ਦੇਣੀ ਹੈ, ਕੀ ਦਿਮਾਗ ਦੇ ਵਿੱਚ, ਕਿਹੋ ਜਿਹਾ ਕੈਂਡੀਡੇਟ ਚਾਹੁੰਦੇ ਹੋ ਤੁਸੀਂ? ਬੀਜੇਪੀ ਨੂੰ ਮੈਂ ਤਾਂ ਵੋਟ ਕਰਨ ਦੇ ਮੀਨਸ ਫੇਵਰ 'ਚੋਂ। ਕੈਂਡੀਡੇਟ ਕਿਹੋ ਜਿਹਾ ਹੋਣਾ ਚਾਹੀਦਾ ਹੈ, ਉਸਦਾ ਨਜ਼ਰੀਆ, ਉਸਦੀ ਕੁਆਲੀਫਿਕੇਸ਼ਨ, ਉਸਦਾ ਹਾਵ ਭਾਵ, ਬਿਹੇਵੀਅਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਪੋਲਾਈਟ ਨੇਚਰ ਹੋਣਾ ਚਾਹੀਦਾ, ਮੀਨਸ ਐਡਜਸਟੇਬਲ ਔਰ ਅੰਡਰਸਟੈਂਡੇਬਲ। ਜਿਹੜੀ ਪ੍ਰੋਬਲਮਸ ਹੈ ਸਾਡੀ ਸਿਟੀ ਦੀ, ਉਹਨੂੰ ਦੇਖਦੇ ਹੋਏ ਮੀਨਸ ਓਵਰਆਲ। ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਸ ਦੇ ਨਾਲ ਇੱਕ ਵੱਡਾ ਬਿਆਨ ਇਹ ਵੀ ਦਿੱਤਾ ਗਿਆ ਹੈ, ਹਾਲਾਂਕਿ ਆਪਣੇ ਕਾਂਗਰਸੀ ਅਤੇ ਵਿਧਾਇਕਾਂ ਮੰਤਰੀਆਂ ਨੂੰ ਕਿਹਾ ਗਿਆ ਹੈ ਕਿ ਜਿਹੜੇ ਵਿਧਾਇਕ ਮੰਤਰੀ ਆਪਣੇ ਹਲਕੇ ਦੇ ਵਿੱਚ ਉਮੀਦਵਾਰ ਨੂੰ ਨਹੀਂ ਜਿਤਾ ਸਕਣਗੇ ਤਾਂ ਉਹਨਾਂ ਦੇ ਉੱਤੇ ਕਾਰਵਾਈ ਹੋਵੇਗੀ। ਇੱਕ ਸਵਾਲ ਇਹ ਤੁਹਾਡੇ ਤੋਂ ਕਰ ਰਹੇ ਹਾਂ ਜੀ, ਕੀ ਨਾਮ ਹੈ ਤੁਹਾਡਾ? ਸੰਦੀਪ ਕੁਮਾਰ ਜੀ। ਅੱਛਾ ਸੰਦੀਪ ਕੁਮਾਰ ਜੀ, ਕੈਪਟਨ ਸਾਹਿਬ ਦਾ ਇਹ ਫਰਮਾਨ, ਕੀ ਮੰਨਦੇ ਹੋ ਕਿ ਇਸ ਦੇ ਨਾਲ ਤੁਹਾਨੂੰ ਕੀ ਲੱਗਦਾ ਕਿ ਲੋਕ ਜਿਤਾਉਂਦੇ ਨੇ ਉਮੀਦਵਾਰ ਨੂੰ ਜਾਂ ਮੰਤਰੀ ਵਿਧਾਇਕ? ਸਰ ਇਸ ਤਰ੍ਹਾਂ ਹੈ, ਪਹਿਲੇ ਅੱਜ ਤੋਂ 10-15 ਸਾਲ ਪਹਿਲੇ ਪਾਰਟੀ ਨੂੰ ਵੋਟ ਪੈਂਦੀ ਸੀ, ਹੁਣ ਸਰ ਲੋਕ ਆਫਟਰ ਐਵਰੀ 5 ਈਅਰਸ ਲੋਕ ਪੁੱਛਣ ਲੱਗ ਗਏ ਆ ਸਰ ਵੀ MLA MP ਦੀ ਪਰਫੋਰਮੈਂਸ ਕੀ ਹੈ। ਸੋ ਮੇਰੇ ਹਿਸਾਬ ਨਾਲ ਤਾਂ ਸਰ ਜਿਹੜਾ ਪਰਫੋਰਮ ਕਰੇਗਾ, ਕਿਉਂਕਿ ਆਈ ਬਿਲੋਂਗ ਟੂ ਚੰਡੀਗੜ੍ਹ ਪਾਰਲੀਮੈਂਟਰੀ ਕੌਂਸਟੀਚੁਐਂਸੀ ਸਰ, ਇੱਥੇ ਰੀਜਨਿੰਗ ਵਾਲੇ ਬੰਦੇ ਰਹਿੰਦੇ ਆ ਸਰ, ਇੱਕ ਵਾਰ ਗਲਤੀ ਕਰ ਗਏ ਸਰ, ਹੁਣ ਨਹੀਂ ਲੋਕਾਂ ਨੇ ਗਲਤੀ ਕਰਨੀ, ਬੜਾ ਸੋਚ ਸਮਝ ਕੇ ਵੋਟ ਪਾਉਣਗੇ ਸਰ ਲੋਕ ਇਸ ਵਾਰ। ਮਤਲਬ ਕਹਿੰਦੇ ਪਿਛਲੀ ਵਾਰੀ ਸਰ ਮੋਦੀ ਸਾਹਿਬ ਸੀਗੇ, ਠੀਕ ਹੈ ਵੇਵ ਸੀਗੀ, ਤਾਂ ਇੱਥੋਂ ਪਰ ਕਾਂਗਰਸ ਦੇ ਜਿਹੜੇ ਆਪਣੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ, ਉਹਨਾਂ ਦੇ ਬਿਆਨ ਨਾਲ ਸਹਿਮਤ ਹੋ? ਉਹ ਕਹਿ ਰਹੇ ਨੇ ਕਿ ਮੰਤਰੀ ਵਿਧਾਇਕ ਦੇ ਜਿਹੜੇ ਹਲਕੇ ਦੇ ਵਿੱਚ ਉਮੀਦਵਾਰ ਨੇ ਉਹ ਜਿੱਤਣਗੇ, ਤਾਂ ਉਹਨਾਂ ਜੇ ਉਮੀਦਵਾਰ ਨਹੀਂ ਜਿੱਤਦੇ ਤਾਂ ਉਹਨਾਂ ਵਿਰੁੱਧ ਕਾਰਵਾਈ ਹੋਵੇਗੀ। ਕਾਰਵਾਈ ਦੇ ਨਾਲ ਤੁਹਾਨੂੰ ਕੀ ਲੱਗਦਾ ਕਿ ਆਮ ਲੋਕ ਜਿਤਾਉਂਦੇ ਨੇ ਜਾਂ ਮੰਤਰੀ ਵਿਧਾਇਕ? ਨਹੀਂ ਨਹੀਂ ਸਰ, ਬੰਦੇ ਪਰਫੋਰਮੈਂਸ ਦੇਖਦੇ ਆ ਸਰ, ਜਿਹੜਾ ਵੀ 9 MLA ਖੜੇ ਆ ਸਰ ਪੰਜਾਬ 'ਚੋਂ ਪਾਰਲੀਮੈਂਟਰੀ ਇਲੈਕਸ਼ਨ ਵਾਸਤੇ, ਜੇ ਸਰ ਉਹ ਦੇਖਣ ਲੋਕ ਦੇਖਣਗੇ ਕੈਂਡੀਡੇਟ ਦੇਖਣਗੇ ਵੀ ਵਾਕਈ ਇਹ ਸਾਡੇ ਵਾਸਤੇ ਕੁਝ ਕਰ ਸਕਦਾ ਹੈ ਜਾਂ ਨਹੀਂ ਕਰ ਸਕਦਾ। ਬੜੇ ਹਿਸਾਬ ਨਾਲ ਸਰ ਇਸ ਵਾਰ ਜਿਹੜੇ ਰਿਜ਼ਲਟਸ ਆਉਣਗੇ ਨਾ ਸਰ, ਜੋ ਵੀ ਮੀਡੀਆ ਇਸ ਟਾਈਮ ਕਹਿ ਰਿਹਾ ਜਾਂ ਜੋ ਵੀ ਚੱਲ ਰਿਹਾ, ਬੜੇ ਸਰ ਅਨਐਕਸਪੈਕਟਡ ਰਿਜ਼ਲਟਸ ਹੋਣਗੇ ਇਸ ਵਾਰ। ਮਤਲਬ ਠੀਕ ਹੈ, ਅਨਐਕਸਪੈਕਟਡ ਰਿਜ਼ਲਟ ਹੋਣਗੇ, ਪਰ ਜੇਕਰ ਮੈਂ ਤੁਹਾਡੀ ਨਿੱਜੀ ਗੱਲ ਕਰਾਂ ਤਾਂ ਤੁਸੀਂ ਕਿਸ ਆਧਾਰ ਦੇ ਉੱਤੇ ਕਿਹੋ ਜਿਹਾ ਕੈਂਡੀਡੇਟ ਚਾਹੁੰਦੇ ਹੋ ਕਿ ਇਹ ਉਮੀਦਵਾਰ ਹੋਣਾ ਚਾਹੀਦਾ, ਉਸਦੇ ਵਿੱਚ ਕੀ ਖਾਸੀਅਤ ਹੋਣੀ ਚਾਹੀਦੀ ਹੈ? ਸਰ ਲੋਕਲ ਕੈਂਡੀਡੇਟ ਚਾਹੀਦਾ, ਮਤਲਬ ਕਹਿੰਦਾ ਨਾ ਜਿਹੜਾ ਵਾਕਈ ਲੋਕਾਂ ਵਾਸਤੇ ਕੁਝ ਕਰੇ। ਮਤਲਬ ਫੋਰ ਐਗਜ਼ਾਮਪਲ ਜਿਸ ਤਰ੍ਹਾਂ ਸਾਡਾ ਪਵਨ ਕੁਮਾਰ ਬਾਂਸਲ ਹੈ, ਹੀ ਹੈਜ਼ ਡਨ ਏ ਲੋਟ ਸਰ ਫੋਰ ਪੰਜਾਬ ਯੂਨੀਵਰਸਿਟੀ ਫੋਰ ਚੰਡੀਗੜ੍ਹ, ਐਵੇਂ ਨਹੀਂ ਸਰ ਉਹ 20-25 ਸਾਲ ਇੱਥੇ MP ਰਿਹਾ। ਸੋ ਮੈਨੂੰ ਲੱਗਦਾ ਵੀ ਇਸ ਵਾਰ ਸੀਟ ਕੱਢ ਜਾਏਗਾ ਸਰ ਉਹ। ਜੀ ਬਹੁਤ ਬਹੁਤ ਧੰਨਵਾਦ। ਕਹਿ ਰਹੇ ਨੇ ਕਿ ਲੋਕਲ ਉਮੀਦਵਾਰ ਚਾਹੀਦਾ, ਹਲਕੇ ਦਾ ਉਮੀਦਵਾਰ ਚਾਹੀਦਾ। ਸਤਿ ਸ਼੍ਰੀ ਅਕਾਲ ਜੀ, ਜਸਵਿੰਦਰ ਸਿੰਘ। ਅੱਛਾ ਜਸਵਿੰਦਰ ਜੀ, ਕੀ ਲੱਗ ਰਿਹਾ ਕਿ ਕਿਹੋ ਜਿਹਾ ਉਮੀਦਵਾਰ ਤੁਸੀਂ ਲੋਕ ਸਭਾ ਚੋਣਾਂ ਦੇ ਵਿੱਚ ਚਾਹੁੰਦੇ ਹੋ ਕਿ ਇਸ ਤਰ੍ਹਾਂ ਦਾ ਕੈਂਡੀਡੇਟ ਚੋਣ ਮੈਦਾਨ ਦੇ ਵਿੱਚ ਹੋਣਾ ਚਾਹੀਦਾ ਹੈ ਅਤੇ ਇਹੋ ਜਿਹਾ ਕੈਂਡੀਡੇਟ ਨੂੰ ਹੀ ਅਸੀਂ ਵੋਟ ਦੇਵਾਂਗੇ? ਇੱਕ ਸੁਲਝਿਆ ਹੋਇਆ ਜੋ ਮਤਲਬ ਐਟਮੋਸਫੀਅਰ ਠੀਕ ਰੱਖ ਸਕੇ, ਮਤਲਬ ਸਾਫ਼ ਸਫਾਈ ਅਤੇ ਇੰਪਲੋਇਮੈਂਟ ਦੇ ਇਹਨਾਂ ਦੇ ਬੱਸ ਦਾ ਕੰਮ ਤਾਂ ਹੈ ਨਹੀਂ, ਇਹ ਤਾਂ ਸੈਂਟਰ ਤੋਂ ਹੀ ਹੁੰਦੀ ਆ, ਸਟੇਟ ਦੀ ਜ਼ਿੰਮੇਵਾਰੀ ਹੁੰਦੀ ਹੈ। ਪਰ ਮੈਂ ਇਹੀ ਚਾਹੂੰਗਾ ਵੀ ਆਪਾਂ BJP ਨੂੰ ਸਪੋਰਟ ਕਰਦੇ ਹਾਂ, ਅਤੇ ਜੇ ਕਿਰਨ ਖੇਰ ਦੀ ਜਗ੍ਹਾ ਜੇ ਸਾਡੇ ਦਿਓਲ ਭਾਈ ਜੀ ਹੁੰਦੇ, ਸੰਨੀ ਦਿਓਲ ਜੀ ਹੁੰਦੇ ਇੱਥੇ, ਸਾਨੂੰ ਜ਼ਿਆਦਾ ਸਵਾਦ ਆ ਜਾਂਦਾ। ਚਲੋ ਠੀਕ ਹੈ, ਸੰਨੀ ਦਿਓਲ ਨਹੀਂ ਹੈਗੇ, ਕਿਰਨ ਖੇਰ ਮੈਦਾਨ ਦੇ ਵਿੱਚ ਨੇ, ਪਰ ਜੇਕਰ ਮੈਂ ਠੀਕ ਹੈ, ਪਿੱਛੇ ਉਹਨੇ ਕੁਛ ਕਰਿਆ ਨਹੀਂ ਹੈ, ਕਿਰਨ ਖੇਰ ਨੇ ਪਿੱਛੇ ਕੁਛ ਕਰਿਆ ਨਹੀਂ ਹੈ, ਇਹ ਹੁਣ ਉਹਦੀ ਅੜਵਾਈ ਕਰਕੇ ਆ ਗਈ ਆ, ਪਿੱਛੋਂ ਸਪੋਰਟ ਹੀ ਕਰਕੇ ਆ ਗਈ, ਇਹ ਕਹਿ ਨਹੀਂ ਸਕਦੇ। ਪਰ ਜੇ ਸਾਡੇ ਪੰਜਾਬੀ ਭਾਈ ਹੁੰਦੇ ਤਾਂ ਅਸੀਂ ਜ਼ਿਆਦਾ ਸਵਾਦ ਆ ਜਾਂਦਾ। ਠੀਕ ਹੈ, ਤੁਸੀਂ ਪੰਜਾਬੀਅਤ ਨੂੰ ਪਹਿਲ ਦੇ ਰਹੇ ਹੋ ਕਿ ਆਪਣੇ ਭਾਈ ਸਾਹਿਬ ਹੋਣਗੇ ਤਾਂ ਵੋਟ ਦੇਵਾਂਗੇ, ਪਰ ਦੂਜਾ ਸਵਾਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਮੰਤਰੀਆਂ ਵਿਧਾਇਕਾਂ ਦੇ ਉੱਤੇ ਇੱਕ ਜਿਹੜਾ ਫਰਮਾਨ ਜਾਰੀ ਕੀਤਾ ਹੈ ਕਿ ਜੇਕਰ ਉਹਨਾਂ ਦੇ ਹਲਕੇ ਦੇ ਵਿੱਚੋਂ ਉਹ ਕੈਂਡੀਡੇਟ ਨਹੀਂ ਜਿੱਤਦਾ ਤਾਂ ਕਾਰਵਾਈ ਕੀਤੀ ਜਾਵੇਗੀ, ਚੇਅਰਮੈਨੀਆਂ ਤੱਕ ਦੀ ਕਾਰਵਾਈ ਕੀਤੀ ਜਾਵੇਗੀ। ਕੀ ਲੱਗਦਾ ਕਿ ਲੋਕ ਜਿਤਾਉਂਦੇ ਨੇ ਜਾਂ ਮੰਤਰੀ ਵਿਧਾਇਕ? ਸਰ ਜੀ, ਜਿਤਾਉਂਦੇ ਤਾਂ ਲੋਕ ਹੀ ਹੈ, ਪਰ ਕੈਪਟਨ ਸਾਹਿਬ ਨੇ ਵੀ ਆਪਣੀ ਉਹਦੇ 'ਚ ਕਿੰਨਾ ਕੁ ਕੁਛ ਕਰਤਾ, ਕੈਪਟਨ ਸਾਹਿਬ ਵੀ 0 ਹੀ ਆ, ਇਹਦੇ ਵਿੱਚ ਕੋਈ ਖਾਸ ਬੜੀ ਗੱਲ ਨਹੀਂ ਹੈ, ਕੈਪਟਨ ਸਾਹਿਬ ਵੀ 0 ਹੀ ਆ। ਸਾਡੇ ਨਾਲ ਕੁਝ ਹੋਰ ਨੌਜਵਾਨ ਵੀ ਮੌਜੂਦ ਨੇ, ਪੁੱਛਦੇ ਹਾਂ ਕਿ ਨੌਜਵਾਨ ਲੋਕ ਸਭਾ ਚੋਣਾਂ ਦੇ ਪ੍ਰਤੀ ਕਿਹੋ ਜਿਹਾ ਕੈਂਡੀਡੇਟ ਚਾਹੁੰਦੇ ਨੇ, ਕਿਸ ਆਧਾਰ ਦੇ ਉੱਤੇ ਵੋਟਿੰਗ ਕਰਨੀ ਹੈ, ਅਤੇ ਨਾਲ ਦੀ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਫਰਮਾਨ 'ਤੇ ਵੀ ਗੱਲ ਕਰ ਲੈਂਦੇ ਹਾਂ। ਕੁਝ ਮੌਜੂਦ ਨੇ ਨੌਜਵਾਨ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ? ਆਪਣਾ ਜੀ ਜਸਪ੍ਰੀਤ ਸਿੰਘ। ਅੱਛਾ ਜਸਪ੍ਰੀਤ, ਕਿਹੜੇ ਹਲਕੇ ਤੋਂ ਬਿਲੋਂਗ ਕਰਦੇ ਹੋ? ਮੈਂ ਜੀ ਜ਼ਿਲ੍ਹਾ ਫਰੀਦਕੋਟ। ਫਰੀਦਕੋਟ ਦੇ ਵਿੱਚ ਹੁਣ ਇਲੈਕਸ਼ਨਸ ਨੇ,
ਕਿਹੜੀ ਪਾਰਟੀ ਦਾ ਕਿਹੜਾ ਕਿਹੜਾ ਕੈਂਡੀਡੇਟ ਉੱਥੇ ਉਤਾਰਿਆ ਹੋਇਆ? ਜੇ ਅਸੀਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ, ਤਾਂ ਉਹਨਾਂ ਨੇ ਗੁਲਜ਼ਾਰ ਸਿੰਘ ਰਣੀਕੇ ਉਹਨਾਂ ਨੇ ਆਪਦਾ ਉਤਾਰਿਆ ਇਹ ਪਾਰਟੀ ਵੱਲੋਂ। ਅਤੇ ਕਾਂਗਰਸ ਵੱਲੋਂ ਮੁਹੰਮਦ ਸਦੀਕ, ਜਿਹੜੇ ਕਿ ਗੀਤਕਾਰ ਨੇ ਪਿਛਲੇ ਦਹਾਕੇ ਦੇ ਵਿੱਚ ਵੀ ਰਹੇ ਨੇ ਕਾਫੀ ਚਰਚਾ ਦੇ ਵਿੱਚ, ਅਤੇ ਭਦੌੜ ਤੋਂ ਵੀ ਉਹਨਾਂ ਨੇ ਪਿਛਲੀ ਵਿਧਾਨ ਸਭਾ ਇਲੈਕਸ਼ਨ ਲੜਿਆ ਸੀ। ਠੀਕ ਹੈ, ਕਾਂਗਰਸ ਦੇ ਉਮੀਦਵਾਰ, ਅਕਾਲੀ ਦਲ ਦੇ ਉਮੀਦਵਾਰ ਦਾ ਪਤਾ ਹੈ, ਇੱਕ ਪੰਜਾਬ ਡੈਮੋਕਰੈਟਿਕ ਅਲਾਇੰਸ ਵੀ ਹੈਗਾ, ਚਲੋ ਠੀਕ ਹੈ ਦੂਜੀ ਗੱਲ, ਪਰ ਮੈਂ ਜੇਕਰ ਪੁੱਛਾਂ ਤਾਂ ਤੁਸੀਂ ਕਿਸ ਆਧਾਰ ਦੇ ਉੱਤੇ ਵੋਟਿੰਗ ਕਰੋਗੇ, ਕਿਹੋ ਜਿਹਾ ਕੈਂਡੀਡੇਟ ਚਾਹੁੰਦੇ ਹੋ ਲੋਕ ਸਭਾ ਚੋਣਾਂ ਦੇ ਵਿੱਚ MP ਚੁਣਿਆ ਜਾਵੇ ਤੁਹਾਡੇ ਹਲਕੇ ਤੋਂ? ਅਸੀਂ ਤਾਂ ਜੀ ਆਪਦੇ ਹਲਕੇ ਦੇ ਵਿੱਚ ਜਿਹੜਾ ਕੈਂਡੀਡੇਟ ਚਾਹੁੰਦੇ ਹਾਂ, ਉਮੀਦਵਾਰ ਚਾਹੁੰਦੇ ਹਾਂ, ਅਤੇ ਉਹ ਸਾਫ਼ ਸੁਥਰਾ ਹੋਵੇ, ਅਤੇ ਜਿਵੇਂ ਕਿ ਦੂਜੀਆਂ ਪਾਰਟੀਆਂ ਵਾਂਗੂੰ ਜਾਂ ਦੂਜੇ ਨੇਤਾ ਵਾਂਗੂੰ, ਜਿਵੇਂ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਚੱਲ ਰਿਹਾ ਹੈ ਇਲੈਕਸ਼ਨਾਂ ਦੇ ਵਿੱਚ, ਉਹ ਪਿੰਡਾਂ ਪਿੰਡਾਂ ਦੇ ਵਿੱਚ ਆਪਦੇ ਹਲਕਿਆਂ ਦੇ ਵਿੱਚ ਜਾਂਦੇ ਨੇ ਕੰਪੇਨਿੰਗ 'ਤੇ, ਬਹੁਤ ਵੱਡੇ ਵੱਡੇ ਲਾਰੇ ਲਾਏ ਜਾਂਦੇ ਨੇ, ਬਾਅਦ 'ਚੋਂ ਇੱਕਦਮ ਹੀ 5 ਸਾਲਾਂ ਵਾਸਤੇ ਗੈਪ ਹੋ ਜਾਂਦੇ ਨੇ, ਬਾਅਦ 'ਚੋਂ ਲੋਕ ਆਪਦੀਆਂ ਮੁਸ਼ਕਲਾਂ ਲੈ ਕੇ ਜਾਂਦੇ ਨੇ ਉਹਨਾਂ ਕੋਲ, ਤਾਂ ਉਹਨਾਂ ਨੂੰ ਉਹਨਾਂ ਦੇ ਦਫ਼ਤਰਾਂ 'ਚੋਂ ਜਾਂ ਪਾਰਟੀਆਂ ਦੇ ਵਿੱਚੋਂ ਜਾਂ ਜਿੱਥੇ ਵੀ, ਤਾਂ ਉਹਨਾਂ ਨੂੰ ਸਿਰਫ ਖਾਲੀ ਹੱਥੀ ਵਾਪਸ ਪਰਤਣਾ ਪੈਂਦਾ ਹੈ। ਲੋਕਾਂ ਦੀਆਂ ਮੁਸ਼ਕਲਾਂ ਦਾ ਜਿਹੜਾ ਗਰਾਊਂਡ ਪੱਧਰ 'ਤੇ ਆ ਉਹ ਹੱਲ ਨਹੀਂ ਹੋ ਰਿਹਾ ਹੈਗਾ, ਅਤੇ ਹੁਣ ਇਲੈਕਸ਼ਨਾਂ ਦੇ ਵਿੱਚ ਤੁਹਾਨੂੰ ਜ਼ੋਰ ਚੱਲ ਹੀ ਰਿਹਾ, ਬਹੁਤ ਵੱਡੇ ਵੱਡੇ ਲਾਰੇ ਲਾਏ ਜਾ ਰਹੇ ਨੇ। ਕਾਂਗਰਸ ਨੇ 72,000 ਰੁਪਈਏ ਦਾ ਵਾਅਦਾ ਕੀਤਾ, ਤੁਹਾਨੂੰ ਵੀ ਪਤਾ ਹੀ ਹੈ ਲਾਰੇ ਨੇ। ਇਸ ਤੋਂ ਇਲਾਵਾ ਜੇਕਰ ਮੈਂ ਕਾਂਗਰਸ ਪਾਰਟੀ ਦੇ ਜਿਕਣਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਹੜੇ ਹਲਕੇ ਤੋਂ ਵਿਧਾਇਕ ਕੈਂਡੀਡੇਟ ਜਾਂ ਫਿਰ ਮੰਤਰੀ ਹੈ ਉਹ ਹਾਰ ਜਾਂਦਾ ਹੈ, ਕੈਂਡੀਡੇਟ ਕਾਂਗਰਸ ਦਾ ਹਾਰ ਜਾਂਦਾ, ਤਾਂ ਉਹਨਾਂ ਮੰਤਰੀਆਂ ਵਿਧਾਇਕਾਂ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ, ਉਹਨਾਂ ਦੀ ਕੁਰਸੀ 'ਤੇ ਤਲਵਾਰ ਲਟਕਾ ਦਿੱਤੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਫਰਮਾਨ ਨੇ। ਸਵਾਲ ਇਹ ਹੈ ਕਿ ਜਿਹੜੇ ਕੈਂਡੀਡੇਟ ਹੁੰਦੇ ਨੇ ਉਹਨਾਂ ਨੂੰ ਲੋਕ ਜਿਤਾਉਂਦੇ ਨੇ ਜਾਂ ਫਿਰ ਮੰਤਰੀ ਵਿਧਾਇਕ? ਨਹੀਂ, ਇਹ ਜਿਹੜਾ ਆਪਣਾ ਪੰਜਾਬ ਦਾ ਜਿਹੜਾ ਸਿਆਸੀ ਇਹਦਾ ਹੈਗਾ ਆਪਣਾ, ਇਹਦਾ ਸਾਰਾ ਹੀ ਦੂਜੀਆਂ ਸਟੇਟਾਂ ਨਾਲੋਂ ਬਹੁਤ ਜ਼ਿਆਦਾ ਵੱਖਰਾ ਪ੍ਰਭਾਵ ਹੈ। ਸਵਾਲ ਇਹ ਹੈ ਕਿ ਉਮੀਦਵਾਰ ਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ ਖੜ੍ਹਾ ਹੈ ਉਹਨਾਂ ਨੂੰ ਲੋਕ ਜਿਤਾਉਂਦੇ ਨੇ ਜਾਂ ਮੰਤਰੀ ਵਿਧਾਇਕ? ਨਹੀਂ, ਜ਼ਿਆਦਾਤਰ ਤਾਂ ਲੋਕ ਹੀ ਜਿਤਾਉਂਦੇ ਨੇ, ਪਰ ਜੇ ਵੇਖਿਆ ਜਾਵੇ ਤਾਂ ਜਿਹੜੇ ਪੰਜਾਬ ਸੂਬੇ ਦੇ ਜਿਹੜੀ ਸਰਕਾਰ ਹੈ ਜਿਹੜੀ ਉਹਨਾਂ ਦੇ ਵਿੱਚ, ਜਿਵੇਂ ਸਾਡੇ ਹਲਕੇ ਦੇ ਵਿੱਚ 5-7 ਵਿਧਾਨ ਸਭਾ ਹਲਕੇ ਆਉਂਦੇ ਨੇ MP ਹਲਕੇ ਦੇ ਵਿੱਚ, ਤਾਂ ਉਸ ਪੱਧਰ 'ਤੇ ਜਿਹੜੇ ਉੱਥੋਂ MLA ਚੁਣੇ ਗਏ ਨੇ ਉਹਨਾਂ ਦਾ ਬਹੁਤ ਜ਼ਿਆਦਾ ਗਰਾਊਂਡ ਪੱਧਰ 'ਤੇ ਉਹਨਾਂ ਦਾ ਬਹੁਤ ਜ਼ਿਆਦਾ ਜ਼ੋਰ ਲੱਗਿਆ ਹੁੰਦਾ, ਤਾਂ ਮੇਰੇ ਹਿਸਾਬ ਨਾਲ ਪੰਜਾਬ ਦੇ ਵਿੱਚ ਜਿੰਨੀਆਂ MP ਦੇ ਵਿੱਚ 5-7 ਵਿਧਾਨ ਸਭਾ ਹਲਕੇ ਆਉਂਦੇ ਆ ਉਹਨਾਂ ਦਾ ਜ਼ਰੂਰ ਪ੍ਰਭਾਵ ਹੁੰਦਾ ਹੈ, ਅਤੇ ਲੋਕਾਂ ਦਾ ਪ੍ਰਭਾਵ ਮੈਨੂੰ ਲੱਗਦਾ ਵੀ ਬਹੁਤ ਘੱਟ ਰਹਿ ਜਾਂਦਾ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਅਰਸ਼ਦੀਪ ਸਿੰਘ। ਅੱਛਾ ਅਰਸ਼ਦੀਪ, ਕੀ ਲੱਗ ਰਿਹਾ ਕਿ ਲੋਕ ਜਿਤਾਉਂਦੇ ਨੇ ਉਮੀਦਵਾਰ ਜਾਂ ਮੰਤਰੀ ਵਿਧਾਇਕ? ਵੈਸੇ ਤਾਂ ਆਪਣੇ ਪੰਜਾਬ 'ਚ ਦੇਖੋ ਜਿਸ ਹਿਸਾਬ ਨਾਲ ਇਲੈਕਸ਼ਨਸ ਹੁੰਦੇ ਨੇ ਤਾਂ ਜਿਵੇਂ ਦਿਖਦਾ ਹੈ ਤਾਂ ਲੋਕਾਂ ਦਾ ਹੀ ਜ਼ਿਆਦਾ ਉਹ ਲੱਗਦਾ ਵੀ ਹਾਂ ਲੋਕ ਹੀ ਜਿਤਾਉਂਦੇ ਨੇ, ਪਰ ਜੇ ਆਪਾਂ ਗੱਲ ਕਰੀਏ ਸਹੀ ਹੈ ਨਾ, ਤਾਂ ਅੰਦਰ ਖਾਤੇ ਸਾਰਾ ਕੁਝ ਮਿਨਿਸਟਰਸ ਦੇ ਹੱਥ 'ਚ ਹੀ ਹੁੰਦਾ ਹੈ। ਅੰਦਰ ਖਾਤੇ ਕਿਵੇਂ? ਅੰਦਰ ਖਾਤੇ ਮਤਲਬ ਕਹਿ ਲਓ ਜਿਵੇਂ ਆਪਾਂ ਕਹਿੰਦੇ ਮੈਚ ਫਿਕਸਿੰਗ, ਉਵੇਂ ਅੱਜ ਕੱਲ੍ਹ ਇਲੈਕਸ਼ਨ ਫਿਕਸਿੰਗ ਹੋਣ ਲੱਗ ਗਈ ਹੈ। ਕਿਵੇਂ ਹੁੰਦੀ ਹੈ ਇਲੈਕਸ਼ਨ ਫਿਕਸਿੰਗ? ਇਲੈਕਸ਼ਨ ਤੁਸੀਂ ਕਿਉਂਕਿ ਚੋਣਾਂ ਦੇਖਦੇ ਰਹਿੰਦੇ ਹੋ, ਅੰਦਰ ਪਿੰਡਾਂ ਦੇ ਵਿੱਚ ਮਾਹੌਲ, ਸ਼ਹਿਰਾਂ ਦੇ ਵਿੱਚ ਮਾਹੌਲ ਵੀ ਦੇਖਦੇ ਹੋ, ਕਿਵੇਂ ਹੁੰਦੀ ਹੈ ਫਿਕਸਿੰਗ? ਪਿੱਛੇ ਤੁਸੀਂ ਪੰਜਾਬ ਦੇ ਇਲੈਕਸ਼ਨਸ ਦੇਖੇ ਸੀ, ਉਹਦੇ ਵਿੱਚ ਸਿੱਧਾ ਸਿੱਧਾ ਇਹ ਚੀਜ਼ ਆਪਾਂ ਨੂੰ ਦਿਖਾਈ ਦੇ ਰਹੀ ਹੈ ਕਿ ਇੱਕ ਜਿਹੜੀ ਤੀਜੀ ਧਿਰ ਉੱਠੀ ਸੀਗੀ ਉਹਨਾਂ ਨੂੰ ਮਾਰਨ ਵਾਸਤੇ ਇਹਨਾਂ ਨੇ ਕਾਂਗਰਸ ਨੂੰ ਜਿਤਾਇਆ ਇੱਥੇ, ਕਿਉਂਕਿ ਜੇ ਆਪਾਂ ਗੱਲ ਕਰੀਏ ਵੀ ਹੁਣ ਝਾੜੂ ਸੀ ਹੈ ਨਾ, ਉਹਨਾਂ ਨੇ ਉਹਨਾਂ ਦਾ ਇੱਥੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਦਬਦਬਾ ਬਣ ਚੁੱਕਿਆ ਸੀਗਾ ਪਿਛਲੇ ਕੁਛ ਸਾਲਾਂ ਦੇ ਵਿੱਚ, ਤਾਂ ਲੋਕਾਂ ਨੂੰ ਕਿਤੇ ਨਾ ਕਿਤੇ ਇਹ ਉਮੀਦ ਸੀ ਵੀ ਹਾਂ ਇੱਕ ਨਵੀਂ ਸਰਕਾਰ ਆਊਗੀ, ਨਵਾਂ ਉਮੀਦਵਾਰ ਆਊਗਾ ਤਾਂ ਥੋੜ੍ਹਾ ਬਹੁਤ ਬਦਲਾਵ ਹੋਊਗਾ ਹੈ ਨਾ ਕੁਛ ਨਾ ਕੁਛ, ਕਿਉਂਕਿ ਪਿੱਛੋਂ ਹੁਣ ਕਿੰਨਾ ਚਿਰ ਹੋ ਗਿਆ ਅਕਾਲੀ ਦਲ ਫਿਰ ਕਾਂਗਰਸ ਫਿਰ ਕੱਲਰ ਫਿਰ ਕਾਂਗਰਸ, ਤਾਂ ਉਹਨਾਂ ਨੇ ਬਸ ਆਪਦਾ ਜੋ ਕਹਿ ਲਓ ਵੀ ਆਪਦਾ ਦਬਦਬਾ ਬਣਾਈ ਰੱਖੀਏ ਵੀ ਹਾਂ ਉਹੀ ਸਾਰਾ ਕੁਛ ਸਿਸਟਮ ਚੱਲੀ ਆ। ਜੇਕਰ ਤੁਹਾਡੀ ਗੱਲ ਕਰਾਂ ਤਾਂ ਕਿਸ ਉਮੀਦਵਾਰ ਨੂੰ ਚਾਹੁੰਦੇ ਹੋ, ਕਿਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ, ਤੁਸੀਂ ਕਿਹੋ ਜਿਹਾ ਪ੍ਰਧਾਨ ਮੰਤਰੀ ਦਾ ਚਿਹਰਾ ਦੇਖਦੇ ਹੋ, ਕਿਹੋ ਜਿਹਾ ਆਪਣਾ MP ਦੇਖਦੇ ਹੋ ਆਪਣੇ ਹਲਕੇ ਤੋਂ? ਜੇ ਦੇਖਿਆ ਜਾਵੇ ਤਾਂ ਜੀ ਅਸੀਂ ਤਾਂ ਸਿਰਫ ਬਦਲਾਅ ਚਾਹੁੰਦੇ ਹਾਂ, ਸਾਨੂੰ ਕਿਸੇ ਉਮੀਦਵਾਰ ਦੀ ਸ਼ਕਲ ਨਾਲ, ਉਹਦੇ ਨਾਮ ਨਾਲ ਜਾਂ ਹੋਰ ਕਿਸੇ ਨਾਲ ਕੋਈ ਲੈਣ ਦੇਣ ਨਹੀਂ, ਸਾਨੂੰ ਉਹਦੇ ਕੰਮ ਨਾਲ ਲੈਣ ਦੇਣਾ, ਸਾਨੂੰ ਬਦਲਾਅ ਚਾਹੀਦਾ, ਨੌਜਵਾਨ ਨੂੰ ਬਦਲਾਅ ਚਾਹੀਦਾ, ਇੱਥੇ ਬੇਰੁਜ਼ਗਾਰੀ ਹੈ, ਕਿਸੇ ਜ਼ਿਲ੍ਹੇ ਦਾ ਵਿਕਾਸ ਨਹੀਂ ਹੋ ਰਿਹਾ, ਕਿਸੇ ਹਲਕੇ ਦਾ ਵਿਕਾਸ ਨਹੀਂ ਹੋ ਰਿਹਾ, ਗਲੀਆਂ ਨਾਲੀਆਂ ਸਾਰੀਆਂ ਉਵੇਂ ਹੀ ਰਹਿੰਦੀਆਂ ਨੇ, ਇਹ ਜਦੋਂ ਇਲੈਕਸ਼ਨ ਦਾ ਟਾਈਮ ਹੁੰਦਾ ਉਦੋਂ ਵਾਅਦੇ ਹੋਰ ਹੁੰਦੇ ਆ,
ਫਿਰ ਜਦੋਂ ਇਲੈਕਸ਼ਨ ਹੋ ਜਾਂਦੇ ਆ ਉਦੋਂ ਫਿਰ ਵਾਅਦੇ ਹੋਰ ਹੋ ਜਾਂਦੇ ਆ, ਉਦੋਂ ਗੱਲਾਂ ਹੋਰ ਹੋ ਜਾਂਦੀਆਂ। ਇੱਥੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਆਪਣੇ ਖੁਦ ਕੈਪਟਨ ਅਮਰਿੰਦਰ ਸਿੰਘ ਜੀ ਮੁੱਕਰ ਚੁੱਕੇ ਨੇ। ਸਾਰਿਆਂ ਸਾਹਮਣੇ ਸੀਗਾ ਵੀ ਹਾਂ ਅਸੀਂ ਐਂ ਕਰ ਦਾਂਗੇ, ਅਸੀਂ ਤੁਹਾਨੂੰ ਸਮਾਰਟਫੋਨਸ ਦੇ ਦਾਂਗੇ, ਜੇ ਕਰ ਦਾਂਗੇ, ਵੋ ਕਰ ਦਾਂਗੇ। ਤਾਂ ਜਦੋਂ ਇਹਨਾਂ ਜਿਨ੍ਹਾਂ ਨੇ ਧਰਮ ਨੂੰ ਵਿੱਚ ਲਿਆ ਕੇ ਧਰਮ ਦੀ ਸਹੁੰ ਖਾ ਕੇ ਮੁੱਕਰ ਜਾਣਾ, ਉਹਨਾਂ ਦਾ ਹੁਣ ਇਦੋਂ ਬਾਅਦ ਕੀ ਆਪਾਂ ਕੀ ਤਾਂ ਉਹਨਾਂ ਦਾ ਵਜੂਦ ਆ ਅਤੇ ਕੀ ਕੁਛ ਹੋਰ ਆ। ਇਵੇਂ ਕਾਲੀ ਹੈ, ਐਂ ਨਹੀਂ ਮੈਂ ਕਹਿੰਦਾ ਵੀ ਕਾਲੀ ਬਹੁਤ ਚੰਗੇ ਆ, ਦੋਨੇ ਹੀ ਇੱਕੋ ਹੀ ਮਿਲੀ ਭੁਗਤ ਹੈ, ਇੱਕੋ ਥਾਲੀ ਦੇ ਚੱਟੇ ਬੱਟੇ ਆ ਜੀ। ਬਹੁਤ ਬਹੁਤ ਧੰਨਵਾਦ। ਨੌਜਵਾਨਾਂ ਦੀ ਰਾਏ ਲਈ ਹੈ, ਨੌਜਵਾਨਾਂ ਦਾ ਵੀ ਇਹੋ ਕਹਿਣਾ ਕਿ ਕਿਸੇ ਕੈਂਡੀਡੇਟ ਦੇ ਚਿਹਰੇ ਦੇ ਨਾਲ ਨਹੀਂ, ਕਿਸੇ ਦੇ ਉਹਨਾਂ ਨੂੰ ਤਾਂ ਸਿਰਫ ਕੰਮ ਦੇ ਨਾਲ ਹੈ। ਜਿਹੜਾ ਕੈਂਡੀਡੇਟ ਲੋਕਾਂ ਦੇ ਵਿੱਚ ਜਾ ਕੇ ਵਿਚਰਦਾ ਹੈ, ਲੋਕਾਂ ਦੇ ਕੰਮ ਕਰਵਾਉਂਦਾ ਹੈ, ਉਹੋ ਜਿਹਾ ਜਿਹੜਾ ਕੈਂਡੀਡੇਟ ਉਹ ਚਾਹੁੰਦੇ ਨੇ। ਜੇਕਰ ਗੱਲ ਦੂਜੀ ਕੀਤੀ ਜਾਵੇ ਤਾਂ ਮੰਤਰੀ ਵਿਧਾਇਕ ਨਹੀਂ ਆਮ ਲੋਕ ਜਿਤਾਉਂਦੇ ਨੇ, ਇਹ ਨੌਜਵਾਨਾਂ ਦਾ ਵੀ ਕਹਿਣਾ ਹੈ। ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ। ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਕਿਹੋ ਜਿਹਾ ਕੈਂਡੀਡੇਟ ਚਾਹੁੰਦੇ ਨੇ, ਕਿਸ ਉਮੀਦਵਾਰ ਨੂੰ ਕਿਸ ਆਧਾਰ ਦੇ ਉੱਤੇ ਵੋਟ ਪਾਉਣੀ ਹੈ, ਉਮੀਦਵਾਰ ਦੇ ਵਿੱਚ ਖਾਸੀਅਤ ਕੀ ਹੋਣੀ ਚਾਹੀਦੀ ਹੈ, ਇਹ ਵੀ ਗੱਲ ਕਰ ਰਹੇ ਹਾਂ। ਅਤੇ ਨਾਲ ਦੀ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਫਰਮਾਨ 'ਤੇ ਵੀ ਗੱਲ ਕਰ ਰਹੇ ਹਾਂ ਕਿ ਮੰਤਰੀ ਵਿਧਾਇਕ ਜੇਕਰ ਨਹੀਂ ਜਿਤਾਉਣਗੇ ਤਾਂ ਉਹਨਾਂ ਦੀ ਕੁਰਸੀ 'ਤੇ ਤਲਵਾਰ ਲਟਕਾ ਦਿੱਤੀ ਗਈ ਹੈ, ਟਵਿੱਟ ਦੇ ਜ਼ਰੀਏ ਮੈਸੇਜ ਦਿੱਤਾ ਗਿਆ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਗਗਨ ਸਿੰਘ। ਅੱਛਾ ਗਗਨ, ਕੀ ਲੱਗ ਰਿਹਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਕਿਸ ਉਮੀਦਵਾਰ ਨੂੰ ਕਿਸ ਆਧਾਰ ਦੇ ਉੱਤੇ ਤੁਸੀਂ ਵੋਟ ਦੇਣੀ ਹੈ, ਕਿਹੋ ਜਿਹੇ ਉਮੀਦਵਾਰ ਚਾਹੁੰਦੇ ਹੋ? ਸਰ, ਉਮੀਦਵਾਰ ਆਪਣੇ ਇਲਾਕੇ ਲਈ ਕੋਈ ਕੰਮ ਕਰ ਸਕੇ, ਜੋ ਲੋਕਾਂ ਦੇ ਉੱਤੇ ਪ੍ਰੋਬਲਮ ਆ, ਜੋ ਵੀ ਪ੍ਰੋਬਲਮ ਹੈ, ਲਾਈਟਿੰਗ, ਜਲ ਸਪਲਾਈ ਜੋ ਵੀ ਹੈ, ਉਹਨੂੰ ਪੂਰਾ ਵੀ ਕਰ ਸਕੇ, ਅਤੇ ਮੌਕੇ 'ਤੇ ਜੋ ਵੀ ਆ ਉਹਦੀ ਸਮੱਸਿਆਵਾਂ ਲੋਕਾਂ ਦੀਆਂ ਉਹ ਵੀ ਸੁਣਦਾ ਹੋਵੇ, ਉਸ ਆਧਾਰ 'ਤੇ ਹੁਣ ਕੈਂਡੀਡੇਟ ਆਪਾਂ ਸਿਲੈਕਟ ਕਰਾਂਗੇ। ਹੋਰ ਕੀ ਕੁਝ ਹੋਣਾ ਚਾਹੀਦਾ ਹੈ? ਉਹਦੀ ਸਿੱਖਿਆ, ਉਹਦਾ ਰਹਿਣ ਸਹਿਣ, ਲੋਕਾਂ ਦੇ ਵਿੱਚ ਵਿਚਰਨਾ, ਇਹ ਵੀ ਦੇਖ ਰਹੇ ਹੋ? ਹਾਂਜੀ ਹਾਂਜੀ, ਸਿੱਖਿਆ ਤਾਂ ਹੋਣੀ ਚਾਹੀਦੀ ਹੈ ਜੀ। ਹੁਣ ਜਿਹੜੇ ਪੰਜਾਬ ਨੇ ਇੱਕ ਇਹਨੂੰ ਛੱਡ ਕੇ ਹੋਰ ਸਟੇਟ ਬਾਕੀ ਦੇਖੀਏ, ਉੱਥੇ ਇਹ 10 ਪਾਸ ਵੀ ਹੈ ਨੇ ਕੈਂਡੀਡੇਟ, ਇੱਦਾਂ ਦੇ ਵੀ ਹੈਗੇ ਆ, ਕੋਈ 5ਵੀਂ ਆ, ਕੋਈ 6ਵੀਂ ਪਾਸ ਹੈ, ਉਹ ਨਹੀਂ ਸਰ ਉਹ ਚੀਜ਼ ਆਪਾਂ ਚਾਹੁੰਦੇ। ਇਸਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਹੜੇ ਮੰਤਰੀ ਵਿਧਾਇਕ ਆਪਣੇ ਹਲਕੇ ਦੇ ਉਮੀਦਵਾਰ ਨੂੰ ਨਹੀਂ ਜਿਤਾਉਣਗੇ ਤਾਂ ਉਹਨਾਂ ਦੀ ਕੁਰਸੀ ਵੀ ਜਾ ਸਕਦੀ ਹੈ, ਤੁਹਾਨੂੰ ਕੀ ਲੱਗ ਰਿਹਾ ਕਿ ਲੋਕ ਜਿਤਾਉਂਦੇ ਨੇ ਉਮੀਦਵਾਰ ਨੂੰ ਜਾਂ ਮੰਤਰੀ ਵਿਧਾਇਕ? ਨਹੀਂ ਨਹੀਂ ਸਰ, ਇਹ ਨਹੀਂ, ਇਹ ਬਿਆਨ ਥੋੜ੍ਹੇ ਜਿਹੇ ਇਹ ਬਹੁਤ ਜ਼ਿਆਦਾ ਗਲਤ, ਥੋੜ੍ਹਾ ਬਹੁਤ ਜ਼ਿਆਦਾ ਗਲਤ ਆ। ਇਹ ਨਾ ਉਹ ਵਿਧਾਇਕਾਂ ਨੇ ਉੱਥੇ ਕੋਈ ਨਹੀਂ, ਵਿਧਾਇਕ ਆਪਣੇ ਕੰਮ ਕਰੂਗੇ, ਉਹ ਲੋਕਾਂ ਨੇ ਡਿਸਾਈਡ ਕਰਨਾ। ਹੁਣ ਜੇ ਉਹ ਵਿਧਾਇਕ ਨਹੀਂ ਕੰਮ ਕਰੂਗੇ ਉਸ ਇਲਾਕੇ ਦਾ ਤਾਂ ਫਿਰ ਲੋਕਾਂ ਨੇ ਉਹ ਆਪੇ ਡਿਸਾਈਡ ਕਰ ਲੈਣਾ। ਅਸੀਂ ਆਪ ਪਹਿਲਾਂ ਵੀ ਕਈ ਵਾਰ ਦੇਖਿਆ ਉਲਟ ਫੇਰ ਹੁੰਦੇ ਹੋਏ, ਸਾਡੇ ਆਪਣੇ ਇਲਾਕੇ 'ਚ ਵੀ ਹੋਇਆ ਆ, 4 ਸਾਲ ਰਹੇ ਆ ਸਾਡੇ ਅਕਾਲੀ ਦਲ ਦੇ, ਇਸ ਸਾਲ ਪਿਛਲੇ ਸਾਲ ਫਿਰ ਪਲਟੇ, ਇਸ ਸਾਲ ਫਿਰ ਚਾਂਸ ਹੈਗੇ ਆ। ਅੱਛਾ, ਤੁਹਾਡੇ ਹਲਕੇ ਦੀ ਜੇਕਰ ਮੈਂ ਗੱਲ ਕਰਾਂ, ਨਵਾਂਸ਼ਹਿਰ ਹਲਕਾ ਦੱਸਿਆ ਤੁਸੀਂ, ਉੱਥੇ ਵਿਕਾਸ ਹੋਇਆ, ਉੱਥੇ ਕੀ ਕੁਝ ਪ੍ਰੋਬਲਮਸ ਅਜੇ ਵੀ ਹੈਗੀਆਂ ਨੇ? ਨਹੀਂ, ਵਿਕਾਸ ਵੀ ਹੋਇਆ ਬਟ ਪ੍ਰੋਬਲਮ ਹੈ ਅਜੇ, ਸਾਡੇ ਮੇਨ ਪ੍ਰੋਬਲਮ ਹੈ ਨਸ਼ੇ ਦੀ, ਉੱਥੇ ਨਸ਼ਾ ਚੱਲ ਰਿਹਾ। ਪਰ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਆ ਨਸ਼ਾ, ਨਸ਼ੇ ਦਾ ਤਾਂ ਲੱਕ ਤੋੜ ਦਿੱਤਾ। ਨਹੀਂ 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 ਸਰ, ਨਹੀਂ ਨਹੀਂ, ਹਰੇ ਸਾਡੇ ਤਾਂ ਸਭ ਤੋਂ, ਮੈਂ ਅੱਜ ਇਹਦਾ ਇੱਕ ਮਾਣ ਨਹੀਂ ਹੈਗਾ ਜੀ, ਇਹ ਤਾਂ ਸਗੋਂ ਇੱਕ ਮਤਲਬ ਕਿ ਆਪਣੇ ਆਪ ਨੂੰ ਹੈ ਹੀ ਹੈ ਕਿ ਸਭ ਤੋਂ ਸਾਡਾ ਇਲਾਕਾ ਬੇਕਾਰ ਆ ਜੀ। ਇੱਕ ਸ਼ਰਾਬ ਨੂੰ ਪਹਿਲੇ ਤਾਂ ਜੀ, ਸ਼ਰਾਬ ਸਾਡੇ ਪੂਰੇ ਇਲਾਕੇ 'ਚ ਧਲੇਲੇ ਨਾਲ ਵਿਕਰੀ ਆ, 2 ਨੰਬਰ ਵਿਕਰੀ ਆ। ਇਹ ਤੁਸੀਂ ਕਹਿੰਦੇ ਇਕੱਲੇ ਇਕੱਲੇ ਘਰ 'ਚ ਜੀ ਆਪਣਾ ਠੇਕਾ, 2 ਨੰਬਰ ਕਿਵੇਂ ਵਿਕਰੀ ਹੈ? 2 ਨੰਬਰ ਮਤਲਬ ਕਿ ਜੀ ਆਪਣੇ ਇਹ ਕੋਈ ਯਾਰ ਦੋਸਤ ਆ, ਕੋਈ ਫਰੈਂਡ ਆ, ਸਕੂਟਰੀਆਂ ਆ, ਆਪਣੇ ਗੱਡੀ ਦੇ ਕੇ ਆਪ ਘਰ ਛੱਡ ਕੇ ਆਉਂਦੇ ਆ ਜੀ। ਅੱਛਾ, ਚੋਣਾਂ ਦੇ ਵਿੱਚ ਵੀ ਵਿਕ ਰਹੀ ਹੈ ਸ਼ਰਾਬ? ਬਹੁਤ ਬਹੁਤ ਜ਼ਿਆਦਾ ਸਰ, ਬਹੁਤ ਜ਼ਿਆਦਾ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ, ਨਾਮ ਹੈ ਜੀ। ਅੱਛਾ ਇੰਦਰਪ੍ਰੀਤ, ਕੀ ਲੱਗ ਰਿਹਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਆਮ ਲੋਕ ਜਿਹੜੇ ਉਮੀਦਵਾਰ ਹੁੰਦੇ ਨੇ ਉਹਨਾਂ ਨੂੰ ਜਿਤਾਉਂਦੇ ਨੇ ਜਾਂ ਮੰਤਰੀ ਵਿਧਾਇਕ? ਨਹੀਂ ਨਹੀਂ, ਇਹ ਤਾਂ ਆਮ ਲੋਕਾਂ ਦੀ ਹੋਇਆ ਸੋਚ ਕੇ ਕਿੱਦਾਂ ਕੰਮ, 5 ਸਾਲ ਪਿੱਛੇ ਕਿੱਦਾਂ ਕੰਮ ਕੀਤਾ ਕਿੱਦਾਂ ਨਹੀਂ, ਉਹਨਾਂ ਦੇ ਸਿਰ 'ਤੇ ਹੈ ਜੀ ਕਿੱਦਾਂ, ਜੇ ਉਹਨਾਂ ਨੂੰ ਸਹੀ ਲੱਗਿਆ ਉਹਨੂੰ ਵੋਟ ਪੈਣੀ ਹੈ। ਅੱਛਾ, ਤੁਸੀਂ ਵੀ ਵੋਟ ਦੇਣੀ ਹੈ, ਵੋਟ ਬਣੀ ਹੋਵੇਗੀ? ਹਾਂਜੀ ਹਾਂਜੀ। ਵੋਟ ਕਿਸ ਆਧਾਰ ਦੇ ਉੱਤੇ ਦੇਣੀ ਹੈ, ਕਿਹੋ ਜਿਹਾ ਉਮੀਦਵਾਰ ਚਾਹੁੰਦੇ ਨੇ, ਵੀ ਕਿਹੜੀ ਕਿਹੜੀ ਖਾਸੀਅਤ ਉਮੀਦਵਾਰ ਦੇ ਵਿੱਚ ਹੋਣੀ ਚਾਹੀਦੀ ਹੈ? ਆਪਾਂ ਕੋਈ ਚੀਜ਼ ਲੈਣ ਜਾਂਦੇ ਹਾਂ ਤਾਂ ਉਸ ਦੇ ਵਿੱਚ ਖਾਸੀਅਤ ਦੇ ਕੇ ਉਸ ਚੀਜ਼ ਨੂੰ ਖਰੀਦਦੇ ਹਾਂ, ਤਾਂ ਉਮੀਦਵਾਰ ਕਿਹੋ ਜਿਹਾ ਹੋਣਾ ਚਾਹੀਦਾ? ਇਹ 'ਚ ਕੋਈ, ਪਹਿਲੀ ਗੱਲ ਤਾਂ ਜੀ ਕੋਈ ਲਾਲਚ ਆਇਆ ਨਹੀਂ ਜੀ ਵੋਟ ਪਾਉਣ 'ਚ, ਅਤੇ ਜਿਹੜਾ ਕੰਮ ਪਹਿਲਾਂ ਸਾਡੇ ਕੋਈ ਵੀ ਸੀਗੀ ਉਹ ਸਰਕਾਰ ਜਿਹਨੇ ਕੰਮ ਵਧੀਆ ਕੀਤਾ ਜੀ ਉਹਨੂੰ ਵੋਟ ਪਾਵਾਂਗੇ, ਇੱਦਾਂ ਨਹੀਂ ਕਿ ਜੇ ਹੁਣ ਜਿਹਦੀ ਸਰਕਾਰ ਹੈ ਕਿ ਉਹਨੇ ਕੰਮ ਅੱਗੇ ਕਰਨੇ ਉਹਨੂੰ ਵੋਟ ਪਾ ਦੇਣੀ, ਇੱਦਾਂ ਦਾ ਕੋਈ ਚੱਕਰ ਨਹੀਂ। ਅੱਛਾ, ਕੰਮਾਂ ਦੇ ਆਧਾਰ ਦੇ ਉੱਤੇ ਵੋਟ ਪਾਉਣੀ ਹੈ, ਬਹੁਤ ਬਹੁਤ ਧੰਨਵਾਦ। ਕੰਮ ਦੇ ਆਧਾਰ ਦੇ ਉੱਤੇ ਵੋਟ ਦੇਣੀ ਹੈ, ਤੁਸੀਂ ਕਿਸ ਆਧਾਰ ਦੇ ਉੱਤੇ ਵੋਟ ਦੇਣੀ ਹੈ, ਕਿਹੋ ਜਿਹਾ ਉਮੀਦਵਾਰ ਚਾਹੁੰਦੇ ਹੋ, ਵੀ ਇਹ ਚੀਜ਼ ਹੋਣੀ ਚਾਹੀਦੀ ਹੈ ਉਮੀਦਵਾਰ ਦੇ ਵਿੱਚ? ਸਰ, ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਉਮੀਦਵਾਰ ਹੋਵੇ ਉਹ ਸਾਡੇ ਇਲਾਕੇ ਦਾ ਖੁਦ ਹੋਵੇ, ਇਹ ਨਹੀਂ ਹੋਵੇ ਕਿ ਸਾਡਾ ਇਲਾਕਾ ਨਵਾਂ ਸ਼ਹਿਰ ਆ, ਕੋਈ ਪੋਲੀਟਿਕਸ ਆ ਕੇ ਬੰਬੇ ਤੋਂ ਖੜ ਜਾਵੇ, ਇੱਦਾਂ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਹੁਣ
ਹੁਣ ਜੇ ਕੋਈ ਬੰਬੇ ਜਾਂ ਦਿੱਲੀ ਤੋਂ ਦਿੱਲੀ ਤੋਂ ਹੋਊਗਾ, ਅਸੀਂ ਕੋਈ ਦਿੱਲੀ ਨਹੀਂ ਜਾ ਸਕਦੇ ਨਾ ਬੰਬੇ ਜਾ ਸਕਦੇ। ਅੱਛਾ ਇੱਕ ਮਿੰਟ, ਇਸ ਦੇ ਨਾਲ ਹੀ ਜੇਕਰ ਮੈਂ ਗੱਲ ਕਰਾਂ ਤਾਂ ਮੰਤਰੀ ਵਿਧਾਇਕਾਂ ਨੂੰ ਆਮ ਲੋਕ ਜਿਤਾਉਂਦੇ ਨੇ ਜਾਂ ਫਿਰ ਉਹ ਆਪਣੀ ਅਪਰੋਚ ਦੇ ਨਾਲ ਜਿੱਤਦੇ ਨੇ, ਆਪਣੀ ਅਪਰੋਚ ਯਾਨੀ ਮੰਤਰੀ ਵਿਧਾਇਕ ਤੋਂ ਲੈ ਕੇ ਕੋਈ ਸਿਫਾਰਸ਼ ਲਗਾਈ ਜਾਂਦੀ? ਕੋਈ ਆਪਣੀ ਅਪਰੋਚ ਦੇ ਆਧਾਰ 'ਤੇ ਨਹੀਂ ਕੋਈ ਵੀ ਜਿੱਤ, ਆਮ ਲੋਕ ਜਿਤਾਉਂਦੇ, ਆਮ ਲੋਕ ਹੀ ਸਪੋਰਟ ਕਰਦੇ, ਆਮ ਲੋਕਾਂ ਦਾ ਹੀ, ਯੂਥ ਦਾ ਹੀ ਸਭ ਤੋਂ ਵੱਡਾ ਰੋਲ ਯੂਥ ਦਾ ਹੀ ਹੁੰਦਾ ਆ। ਪਹਿਲਾਂ ਜੋ ਮਿਨਿਸਟਰ ਜੋ ਐੱਮ ਐੱਲ ਏ ਐੱਮ ਪੀ ਹੁੰਦੇ ਆ ਯੂਥ ਨੂੰ ਇਕੱਠਾ ਕਰਕੇ ਵੱਡੀਆਂ ਵੱਡੀਆਂ ਰੈਲੀਆਂ ਕੱਢਦੇ ਆ ਅਤੇ ਉਹਨਾਂ ਨੂੰ ਗਲਤ ਰਾਹ 'ਤੇ ਤੋਰਦੇ ਆ, ਕੋਲ ਸਾਡੇ ਕਾਲਜਾਂ ਤੋਂ ਲੈ ਕੇ ਜਾਂਦੇ ਆ ਜਿਹੜੇ। ਅੱਛਾ ਰੈਲੀਆਂ ਵਾਸਤੇ ਤੁਹਾਡੇ ਕਾਲਜਾਂ ਤੋਂ ਮੁੰਡਿਆਂ ਨੂੰ ਲੈ ਕੇ ਵੀ ਜਾਂਦੇ? ਨਸ਼ਿਆਂ ਨੂੰ ਲਾਉਂਦੇ, ਇਹੀ ਲੀਡਰ ਲੋਕ ਜੋ ਵਿਧਾਇਕ ਲੈ ਕੇ ਜਾਂਦੇ ਆ, ਜੋ ਮੁੰਡਿਆਂ ਨੇ ਭੁੱਕੀ ਖਾਂਦੇ ਉਹਨਾਂ ਨੂੰ ਭੁੱਕੀ ਦਿੰਦੇ, ਸ਼ਰਾਬ ਦਿੰਦੇ। ਤੁਹਾਨੂੰ ਕਿਵੇਂ ਪਤਾ? ਖੁਦ ਨਾਲ ਸਾਡੇ ਜਾਂਦੇ, ਫਰੈਂਡ ਸਰਕਲ ਜਾਂਦਾ, ਅਸੀਂ ਦੇਖੇ ਬੱਸਾਂ 'ਚ ਚੜਾਉਂਦੇ ਆ, ਬੱਸਾਂ ਭਰ ਭਰ ਕੇ ਲੈ ਕੇ ਜਾਂਦੇ ਆ ਯੂਥ ਨੂੰ, ਉਹਨਾਂ ਨੂੰ ਨਸ਼ਿਆਂ ਵੱਲ ਲਾਉਂਦੇ, ਜਦੋਂ ਫਿਰ ਰੈਲੀਆਂ ਕੱਢਣੀ ਹੁੰਦੀ ਯੂਥ ਨੂੰ ਲੈ ਕੇ ਜਾਂਦੇ, ਬਾਅਦ 'ਚ ਯੂਥ ਦਾ ਪ੍ਰੋਬਲਮ ਆਉਂਦੀ ਫਿਰ ਕਹਿੰਦੇ ਬਦਮਾਸ਼ ਆ ਗੁੰਡੇ ਆ, ਫਿਰ ਕੋਈ ਗੱਲ ਵੀ ਨਹੀਂ ਸੁਣਦਾ। ਅੱਛਾ ਤੁਹਾਨੂੰ ਲੱਗ ਰਿਹਾ ਕਿ ਜਿਹੜਾ ਉਮੀਦਵਾਰ ਹੈ, ਬਹੁਤ ਬਹੁਤ ਧੰਨਵਾਦ, ਉਹ ਆਪਣੇ ਹਲਕੇ ਦਾ ਹੋਣਾ ਚਾਹੀਦਾ ਹੈ, ਉਮੀਦਵਾਰ ਤੱਕ ਜਿਹੜੀ ਹੈ ਉਹ ਪਹੁੰਚ ਹੋਣੀ ਚਾਹੀਦੀ ਹੈ ਤਾਂ ਜੋ ਵੋਟ ਦੇਣ ਤੋਂ ਬਾਅਦ ਆਪਣੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੇ ਹੱਲ ਲਈ ਵੀ ਜਾ ਸਕਣ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਨਾਮ ਜੀ ਹੈਰੀ ਸਿੰਘ। ਅੱਛਾ ਹੈਰੀ, ਕੀ ਲੱਗ ਰਿਹਾ ਕਿ ਚੋਣਾਂ ਆ ਰਹੀਆਂ ਨੇ, ਕਿਹੋ ਜਿਹਾ ਉਮੀਦਵਾਰ ਚਾਹੁੰਦੇ ਹੋ? ਉਮੀਦਵਾਰ ਪੜ੍ਹਿਆ ਲਿਖਿਆ ਹੋਵੇ ਜੀ, ਠੀਕ ਆ ਜੀ, ਕੰਮ ਕਰੇ ਵੱਧ ਤੋਂ ਵੱਧ, ਜਿੱਦਾਂ ਹੁਣ ਮੈਂ ਹੁਸ਼ਿਆਰਪੁਰ ਏਰੀਆ 'ਚ ਮੇਰਾ ਚੱਬੇਵਾਲ ਇਲਾਕਾ, ਉੱਥੇ ਦੇ MLA ਡਾਕਟਰ ਰਾਜ ਆ, ਇਸ ਵਾਰ ਉਹਨੂੰ MP ਦੀ ਸੀਟ ਵੀ ਉਹਨਾਂ ਨੂੰ ਮਿਲੀ ਆ, ਕਿਉਂਕਿ ਉਹਨਾਂ ਨੇ 2.5 ਸਾਲ 'ਚ ਸਾਡੇ ਇਲਾਕੇ 'ਚ ਕੋਈ ਕੰਮ ਨਹੀਂ ਕੀਤਾ, 6 ਮਹੀਨੇ ਅਸੀਂ ਸਾਨੂੰ ਪਿੰਡ ਦੀ ਮੋਟਰ ਖਰਾਬ ਹੋ ਗਈ ਪਾਣੀ ਵਾਲੀ, ਅਸੀਂ 6 ਮਹੀਨੇ ਪਾਣੀ ਨਹੀਂ ਪੀਤਾ, ਇੱਦਾਂ ਕਦੇ ਕਿਤੇ ਜਾਣਾ ਕਿਸੇ ਦੇ ਭਰ ਜਾਣਾ ਕਦੇ ਕਿਸੇ ਭਰ। ਹੋਰ ਕਿਹੜੇ ਕਿਹੜੇ ਉਮੀਦਵਾਰ ਨੇ ਤੁਹਾਡੇ ਹੁਸ਼ਿਆਰਪੁਰ ਖੇਤਰ ਤੋਂ? ਸੋਹਣ ਸਿੰਘ ਠੰਡਲਾ, ਅਕਾਲੀ ਦਲ ਦੇ, 5 ਵਾਰੀ ਜਿੱਤੇ ਉਹ, 25 ਸਾਲ ਰਾਜ ਕੀਤਾ ਉਹਨਾਂ ਨੇ, ਸਾਨੂੰ ਇੱਦਾਂ ਦੀ ਕੋਈ ਕਮੀ ਨਹੀਂ ਹੋਣ ਕੀਤੀ, ਮੈਂ ਖੁਦ ਰਾਣਾ ਕੇ PPSO ਦੇ ਉਹਨਾਂ ਦੇ PSO ਦੇ ਮੁੰਡਾ ਆਇਆ ਜੀ। ਅੱਛਾ ਚਲੋ ਠੀਕ ਹੈ, ਤੁਹਾਡਾ ਆਪਣਾ ਪਿਛੋਕੜ ਹੈਗਾ, ਪਰ ਮੈਂ ਜੇਕਰ ਵੋਟਰ ਹੋਣ ਦੇ ਨਾਤੇ ਤੁਹਾਨੂੰ ਪੁੱਛਿਆ ਤਾਂ ਕਿਸ ਆਧਾਰ ਦੇ ਉੱਤੇ ਵੋਟ ਦੇਣੀ ਹੈ? ਜਿਹੜਾ ਕੰਮ ਕਰੂੰਗਾ ਜੀ, ਵਧੀਆ ਹੋਵੇ, ਕੰਮ ਚੜ੍ਹੇ, ਵੱਧ ਤੋਂ ਵੱਧ ਰੁਜ਼ਗਾਰ ਮਿਲੇ ਵਿਦਿਆਰਥੀ ਨੂੰ, ਅਸੀਂ ਇੰਨੇ ਪੜ੍ਹੇ ਲਿਖੇ, ਸਾਨੂੰ ਨੌਕਰੀ ਨਹੀਂ ਮਿਲਦੀ, ਹੁਣ ਅਸੀਂ MA ਕੀਤੀਆਂ, ਇੰਗਲਿਸ਼ ਦੀ ਕੀਤੀਆਂ, ਡਬਲ MA ਕੀਤੀ, ਹੁਣ ਜੇ ਅਸੀਂ ਨੌਕਰੀ ਲਈ ਅਪਲਾਈ ਕਰਦੇ ਹਾਂ ਉੱਥੇ ਸਿਫਾਰਸ਼ ਚੱਲਦੀ ਆ, SC ਕੋਟੇ ਨੂੰ ਪਹਿਲ ਵਾ, ਠੀਕ ਆ ਜੀ, ਸਿਫਾਰਸ਼ ਚੱਲਦੀ ਆ, ਪੈਸੇ ਚੱਲਦੇ ਹਰੇਕ ਥਾਂ ਜੀ। ਠੀਕ ਹੈ, ਪੈਸੇ ਚੱਲਦੇ ਆ, ਪਰ ਜੇਕਰ ਗੱਲ ਮੈਂ ਹੁਣ ਮੁੱਖ ਮੰਤਰੀ ਸਾਹਿਬ ਦੀ ਕਰਾਂ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਮੰਤਰੀ ਵਿਧਾਇਕ ਨੇ ਉਹਨਾਂ ਦੇ ਹਲਕੇ ਤੋਂ ਜੇਕਰ ਉਮੀਦਵਾਰ ਨਹੀਂ ਜਿੱਤਦਾ ਤਾਂ ਉਹਨਾਂ ਦੀ ਕੁਰਸੀ ਜਾ ਸਕਦੀ ਹੈ, ਤੁਹਾਨੂੰ ਕੀ ਲੱਗਦਾ ਕਿ ਜਿਹੜੇ ਉਮੀਦਵਾਰ ਹੁੰਦੇ ਨੇ ਉਹਨਾਂ ਨੂੰ ਲੋਕ ਜਿਤਾਉਂਦੇ ਨੇ ਤਾਂ ਮੰਤਰੀ ਵਿਧਾਇਕ? ਲੋਕ ਜਿਤਾਉਂਦੇ ਆ ਜੀ, ਕਿਉਂਕਿ ਲੋਕ ਕੈਪਟਨ ਸਾਹਿਬ ਨੂੰ ਕਿਵੇਂ ਲੱਗ ਰਿਹਾ ਕਿ ਮੰਤਰੀ ਵਿਧਾਇਕ ਨੂੰ ਜੇਕਰ ਮੈਂ ਦਬਾਅ ਪਾਵਾਂ ਤਾਂ ਜਿੱਤ ਹੋ ਜਾਵੇਗੀ? ਮੰਤਰੀ ਨੂੰ ਉਹਨਾਂ ਕੈਪਟਨ ਸਾਹਿਬ ਨੂੰ ਪਤਾ ਆ ਜੇ ਬੰਦਾ ਸਾਡੇ ਇਲਾਕੇ 'ਚ ਇੰਨੀਆਂ ਵੋਟਾਂ ਨਾਲ ਜਿੱਤ ਸਕਦਾ MLA ਦੀ ਸੀਟ ਤਾਂ ਓਬਵੀਅਸਲੀ ਉਹ MP ਦੀ ਸੀਟ ਵੀ ਜਿੱਤ ਸਕਦਾ ਆ, ਇਹ ਤਾਂ ਆਪਣੇ 'ਤੇ ਡਿਪੈਂਡ ਆ ਜੀ, ਜਿੱਦਾਂ ਕਿ ਤੁਹਾਨੂੰ ਪਤਾ ਆ ਅੰਗਰੇਜ਼ੀ ਦੀ ਕਹਾਵਤ ਆ, ਪ੍ਰੈਫਰ ਕੁਆਲਿਟੀ ਰਾਦਰ ਐਂਡ ਕੁਆਲਿਟੀ, ਠੀਕ ਆ ਜੀ, ਉਹ ਤਾਂ ਆਪਣੇ ਲੋਕਾਂ 'ਤੇ ਡਿਪੈਂਡ ਆ, ਜੇ ਉਹ ਆਪ ਸੋਚ ਸਮਝ ਕੇ ਵੋਟ ਪਾਵਾਂਗੇ ਵਧੀਆ ਵੋਟ ਪਾਣੀ ਲਿਖਾ ਹੋਵੇ। ਬਹੁਤ ਬਹੁਤ ਧੰਨਵਾਦ। ਸੋ ਲੋਕਾਂ ਦੇ ਨਾਲ ਗੱਲਬਾਤ ਕੀਤੀ, ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ, ਲੋਕਾਂ ਦਾ ਨੌਜਵਾਨਾਂ ਦਾ ਇਹੋ ਕਹਿਣਾ ਕਿ ਜਿਹੜਾ ਕੈਂਡੀਡੇਟ ਉਹ ਚੁਣਨ ਜਾ ਰਹੇ ਨੇ ਉਸਦੇ ਵਿੱਚ ਖਾਸੀਅਤ ਹੋਣੀ ਚਾਹੀਦੀ ਹੈ, ਆਪਣੇ ਹਲਕੇ ਦੇ ਉਮੀਦਵਾਰ ਨੂੰ ਪਹਿਲ ਦੇ ਰਹੇ ਨੇ, ਜਿਹੜਾ ਉਹਨਾਂ ਦੀ ਦੁੱਖ ਦਰਦ ਦੇ ਵਿੱਚ ਉਹਨਾਂ ਦੀ ਗੱਲ ਸੁਣੇ। ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਬਸ ਇੰਨਾ ਹੀ, ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨੂੰ ਦਿਓ ਜੀ ਆ ਗਿਆ, ਧੰਨਵਾਦ।